ਕੈਂਡਲ ਮਾਰਚ ਧਰਮਕੋਟ ਵਿਖੇ ਜਿਨ੍ਹਾਂ ਉੱਤੇ ਗੱਡੀਆਂ ਚੜਾਈਆਂ ਉਹਨਾਂ ਦੀ ਯਾਦ ਵਿੱਚ ਕੈਂਡਲ ਮਾਰਚ ਧਰਮਕੋਟ ਜੋ ਤਾਂ ਕੰਮ ਕਰ ਰਹੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਆਪਣੀ ਦੁਕਾਨ ਵਿੱਚ ਹੀ ਖੜ ਕੇ ਅਗਰ ਸ਼ਹੀਦ ਹੋਏ ਨੇ ਆਪਣੇ ਵੀ ਸ਼ਹੀਦੀ ਜਿਨ੍ਹਾਂ ਨੇ ਦਿੱਤੀ ਹੈ ਜਿਨ੍ਹਾਂ ਨੂੰ ਸ਼ਰੇਆਮ ਬੇਦੋਸ਼ਿਆਂ ਨੂੰ ਸ਼ਰੇਆਮ ਜਾਣ ਬੁੱਝ ਕੇ ਗੱਡੀ ਥੱਲੇ ਦਿੱਤਾ ਗਿਆ ਤੇ ਆਪਣੇ ਲਈ ਸ਼ਹੀਦੀਆਂ ਪਾ ਗਏ ਉਹਨਾਂ ਸ਼ਹੀਦਾਂ ਲਈ ਤੁਸੀਂ 2 ਮਿੰਟ ਦਾ ਮੌਨ ਵਰਤ ਧਾਰ ਕੇ ਉਹਨਾਂ ਨੂੰ ਸ਼ਰਧਾਂਜਲੀ ਜ਼ਰੂਰ ਦਿਓ ਤੇ ਜਿਹੜੇ ਤੁਸੀਂ ਖੜੇ ਹੋ ਉੱਥੇ ਜਾਂ ਫ੍ਰੀ ਹੋ ਉਹ ਸਾਡੇ ਨਾਲ ਚੱਲ ਕੇ ਕੈਂਡਲ ਮਾਰਚ ਵਿੱਚ ਸਾਥ ਦਿਓ ਤਾਂ ਜੋ ਉਹਨਾਂ ਸ਼ਹੀਦਾਂ ਨੂੰ ਵੀ ਸਾਡੇ ਦੇ ਨਾਲ ਹੋਵੇ ਕਿ ਸਾਡੀ ਸ਼ਹੀਦੀ ਬੇਤੁਕੀ ਨਹੀਂ ਗਈ ਤੇ ਉਹਨਾਂ ਨੂੰ ਵੀ ਨਾਜ ਹੋਵੇ ਜੋ ਉਹਨਾਂ ਦੇ ਮਾਂ ਪਿਓ ਤੇ ਸਾਡੇ ਪੁੱਤਰ ਜੋ ਸ਼ਹੀਦ ਹੋਏ ਹਨ ਆਪਾਂ ਇਹ ਕਹਿ ਸਕਦੇ ਕਿ ਆਪਾਂ ਉਹਨਾਂ ਸ਼ਹੀਦਾਂ ਨੂੰ ਵਾਪਸ ਨਹੀਂ ਲੈ ਕੇ ਆ ਸਕਦੇ ਉਹਨਾਂ ਨੂੰ ਪੈਸੇ ਨਾਲ ਵੀ ਆਪਾਂ ਲਿਜਾ ਨਹੀਂ ਸਕਦੇ ਪਰ ਜੇ ਆਪਾਂ ਉਹਨਾਂ ਵਾਸਤੇ ਕੈਂਡਲ ਮਾਰਚ ਇਹ ਰੋਸ ਮਾਰਚ ਕੱਢਦੇ ਆ ਤੇ ਆਉਣ ਵਾਲੀ ਸਰਕਾਰ ਨੂੰ ਪਤਾ ਲੱਗੇਗਾ ਕਿ ਇਹ ਸ਼ਹੀਦਾਂ ਦੀ ਜੋ ਸ਼ਹੀਦੀ ਹੈ ਸ਼ਹੀਦੋ ਤੁਹਾਡੀ ਸੋਚ ਤੇ ਮੋਦੀ ਮਰ ਗਿਆ ਕਰੋ ਸਿਆਪਾ ਮੋਦੀ ਮਰ ਗਿਆ ਕਰੋ ਸਿਆਪਾ ਮੋਦੀ ਮਰ ਗਿਆ ਕਰੇ ਸਿਆਪਾ ਸ਼ਹੀਦੋ ਤੁਹਾਡੀ ਸੋਚ ਤੇ ਸ਼ਹੀਦੋ ਤੁਹਾਡੀ ਸੋਚ ਤੇ ਕੰਗਣਾ ਮਰ ਗਈ ਮੋਦੀ ਮਰ ਗਿਆ ਕਰੋ ਸਿਆਪਾ ਮੋਦੀ ਮਰ ਗਿਆ ਕਰੋ ਸਿਆਪਾ ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ 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 ਅਣਖ ਦੀ ਖਾਤਰ ਹੋ ਜਾਂਦੇ ਕੁਰਬਾਨ ਕਰੇ ਪੁਰਜਾ ਪੁਰਜਾ ਤੱਕ ਮਰ ਜਾਂਦੇ ਛੱਡਦੇ ਨਹੀਂ ਮੈਦਾਨ ਕਦੇ ਪੁਰਜਾ ਪੁਰਜਾ ਤੱਕ ਮਰ ਜਾਂਦੇ ਛੱਡਦੇ ਨਹੀਂ ਮੈਦਾਨ ਕਦੇ ਨਿੱਕੀਆਂ ਯਾਦਾਂ ਅਮਰ ਨਿਸ਼ਾਨੀ ਨਿੱਕੀਆਂ ਯਾਦਾਂ ਅਮਰ ਨਿਸ਼ਾਨੀ ਹੈ ਜਦਾਰ ਸ਼ਹੀਦਾਂ ਦੀ ਹਰ ਦਿਲ ਦੇ ਵਿੱਚ ਸਦਾ ਸਮਾਈ ਰਹਿੰਦੀ ਯਾਦ ਸ਼ਹੀਦਾਂ ਦੀ ਹਰ ਦਿਲ ਦੇ ਵਿੱਚ ਸਦਾ ਸਮਾਈ ਰਹਿੰਦੀ ਯਾਦ ਸ਼ਹੀਦਾਂ ਦੀ ਯਾਦਗਾਰ ਦੇ ਲੱਗਦੇ ਮੇਲੇ ਅਸੀਂ ਫਿਰ ਵਾਰ ਵਾਰ ਅਨਾਉਂਸ ਕਰ ਰਹੇ ਹਾਂ ਕਿ ਤੁਸੀਂ ਜੋ ਫ੍ਰੀ ਖੜੇ ਹੋ ਸਾਡੇ ਨਾਲ ਚੱਲ ਕੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਜ਼ਰੂਰ ਦੇ ਇਸ ਕੈਂਡਲ ਮਾਰਚ ਦਾ ਤੁਸੀਂ ਹਿੱਸਾ ਬਣੋ ਤੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿਓ ਜਿਨ੍ਹਾਂ ਨੂੰ ਬੇਦੋਸ਼ਾਂ ਨੂੰ ਆਪਣੇ ਜਿੰਨੀ ਵਾਰ ਵੀ ਇਹ ਕਿਸਾਨ ਮੋਰਚੇ ਤੇ ਬੈਠੇ ਜਾਂ ਕਿਤੇ ਵੀ ਕਿਸੇ ਵੀ ਹੱਕ ਲਈ ਬੈਠੇ ਨੇ ਸ਼ਾਂਤਮਈ ਢੰਗ ਨਾਲ ਬੈਠੇ ਨੇ ਪਰ ਫਿਰ ਵੀ ਉਹਨਾਂ ਨੂੰ ਸ਼ਾਂਤਮਈ ਢੰਗ ਨਾਲ ਵੀ ਬੈਠੇ ਨਹੀਂ ਦਿੱਤਾ ਜਾ ਰਿਹਾ ਇਹ ਜੋ ਸ਼ਹੀਦ ਹੋਏ ਸਿੰਘ ਸੀ ਜੋ ਆਪਣੇ ਸ਼ਹੀਦ ਨੌਜਵਾਨ ਸੀ ਉਹਨਾਂ ਦੀ ਸ਼ਹੀਦੀਆਂ ਜਾਇਆ ਨਹੀਂ ਜਾਣਗੀਆਂ ਤੁਸੀਂ ਸਦਾ ਹੀ ਉਹਨਾਂ ਨੂੰ ਨਾਲ ਖੜੇ ਤੇ ਹੋਰ ਕੋਈ ਸ਼ਹਿਰ ਹੁੰਦੇ ਨੇ ਤਾਂ ਤੁਸੀਂ ਆ ਦੇਖ ਸਕਦੇ ਹੋ ਕਿੱਡਾ ਵੱਡਾ ਟੱਕ ਸਾਡੇ ਵਿੱਚ ਹੁੰਦਾ ਸ਼ਾਮੋਈ ਚਾਹੀਦੀ ਹੈ ਧਰਮਕੋਟ ਸ਼ਹਿਰ ਨੂੰ ਵੀਰੇ ਬੇਨਤੀ ਕੀਤੀ ਜਾਂਦੀ ਜਿਹੜੇ ਆ ਵੀਰ ਖੜੇ ਆ ਜੇ ਆਪਾਂ ਫ੍ਰੀ ਆ ਨਾ ਉਸ ਵਕਤ ਰੋਜ ਮਾਰਚ ਚੱਲੋ ਨਾਲ ਆਪਣੀ ਜ਼ਮੀਨ ਜਗਾਓ ਇੱਥੇ ਵੀ ਖੜਨਾ ਵਾ ਤੇ ਉੱਥੇ ਧਰਨੇ ਤੇ ਵੀ ਨਾਲ ਨੂੰ ਉੱਥੇ ਵੀ ਜਾਣਾ ਜੇ ਆਪਾਂ ਦਿੱਲੀ ਨਹੀਂ ਨਾ ਜਾ ਸਕਦੇ ਆਪਣੀ ਜ਼ਮੀਨ ਜਗਾਓ ਇਹਨਾਂ ਰੋਸਾਂ ਦੇ ਵਿੱਚ ਇਹਨਾਂ ਧਰਨੇ ਦੇ ਵਿੱਚ ਸ਼ਾਮਲ ਹੋ ਆਪਣੀਆਂ ਫਸਲਾਂ ਤੇ ਨਸਲਾਂ ਬਚਾ ਲਓ ਕਿਉਂਕਿ ਜੇ ਜ਼ਿਮੀਦਾਰ ਨੂੰ ਕੋਈ ਕੱਲ ਨੂੰ ਫਰਕ ਪੈਂਦਾ ਨਾ ਇਹਨਾਂ ਬਿੱਲਾਂ ਨਾਲ ਉਹ ਤਾਂ ਆਪਣੇ ਵਾਸਤੇ ਰੋਟੀ ਪੈਦਾ ਕਰ ਲੂਗਾ ਜਿਹੜੀਆਂ ਆਪਣੀਆਂ ਬਰਾਦਰੀਆਂ ਆਪਣੇ ਵੀਰ ਨਹੀਂ ਹੈ ਜਿਨ੍ਹਾਂ ਕੋਲ ਜਿਵੇਂ ਜ਼ਮੀਨਾਂ ਜਾਇਦਾਦਾਂ ਉਹ ਆਪਣਾ ਸੋਚਣ ਇਹ ਫਰਕ ਸਾਰਿਆਂ ਨੂੰ ਪੈਣਾ ਵੀਰੇ ਇਹ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ ਗੀ ਇਸ ਕਰਕੇ ਵਾਰ ਵਾਰ ਬੇਨਤੀ ਕਰਦੇ ਹਾਂ ਆਪਣੀਆਂ ਜ਼ਮੀਨਾਂ ਜਗਾਓ ਤੇ ਇਹਨਾਂ ਧਰਨਿਆਂ ਰੋਸ ਮਾਰਚਾਂ ਵਿੱਚ ਸ਼ਾਮਲ ਹੋਵੋ ਇੱਥੇ ਖੜ ਕੇ ਇੱਕ ਵੀਡੀਓ ਬਣਾ ਕੇ ਕੁਛ ਨਹੀਂ ਚਲੋ ਨਾਲ ਤੁਰੋ
ਸਾਰੇ ਨਾਲ ਤੁਰੋ ਵੀਰੇ ਇੱਥੇ ਬੈਠ ਕੇ ਇੱਥੇ ਮੋੜਾਂ ਤੇ ਖੜ ਕੇ ਕੋਈ ਫਰਕ ਨਹੀਂ ਪੈਣਾ ਆਪਣੀ ਜ਼ਮੀਰ ਜਗਾਓ ਨਾਲ ਚੱਲੋ ਇਹਨਾਂ ਧਰਨਿਆਂ ਇਹਨਾਂ ਰੋਸ ਮਾਰਚਾਂ ਦੇ ਵਿੱਚ ਸ਼ਾਮਲ ਹੋਵੋ ਤੇ ਕੱਲ ਨੂੰ ਤੁਸੀਂ ਸ਼ਹੀਦਾਂ ਨੂੰ ਤਾਂ ਜਾ ਕੇ ਦਰਗਾਹ 'ਚ ਲੇਖਾ ਦੇਣ ਜੋਗੇ ਹੋਵੋ ਤੇ ਵਾਹਿਗੁਰੂ ਨੂੰ ਕਹਿਣ ਜੋਗੇ ਹੋਵੋ ਵੀ ਅਸੀਂ ਹਾਂ ਦਾ ਨਾਰਾ ਮਾਰਿਆ ਸ਼ਹੀਦੋ ਤੁਹਾਡੀ ਸੋਚ ਤੇ ਸ਼ਹੀਦੋ ਤੁਹਾਡੀ ਸੋਚ ਤੇ ਸ਼ਹੀਦੋ ਤੁਹਾਡੀ ਸੋਚ ਤੇ ਬੜੀ ਗਰੀਬੀ ਦੇਖੀ ਤੇ ਬੜੇ ਵਕਤ ਹੰਡਾਏ ਸੀ ਮਾਂ ਦੀਆਂ ਅੱਖਾਂ ਵਿੱਚ ਵੀ ਬੜੇ ਹੀ ਖਾਬ ਸਜਾਏ ਸੀ ਉਹ ਬੜੀ ਗਰੀਬੀ ਦੇਖੀ ਤੇ ਬੜੇ ਵਕਤ ਹੰਡਾਏ ਸੀ ਮਾਂ ਦੀਆਂ ਅੱਖਾਂ ਵਿੱਚ ਵੀ ਬੜੇ ਹੀ ਖਾਬ ਸਜਾਏ ਸੀ ਪੁੱਤੇ ਆਪਣੇ ਨੂੰ ਵਿਆਹਣਾ ਪੁੱਤੇ ਆਪਣੇ ਨੂੰ ਵਿਆਹਣਾ ਬਨ ਸਕਣਾ ਦੇ ਗਾਨੇ ਨੂੰ ਦੁਨੀਆਂ ਕਰੇ ਸਲਾਮਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਲੋਕੀ ਕਰਨ ਸਲਾਮਾਂ ਕਿਸਾਨਾਂ ਦੀ ਕੁਰਬਾਨੀ ਨੂੰ ਭੈਣ ਕਿਰਨੇ ਪਾਉਂਦੀ ਕਿਸੇ ਤੋਂ ਚੱਲੀ ਜਾਵੇ ਨਾ ਪਿਓ ਦੇ ਜਿਉਂਦੇ ਲਾਸ਼ ਪੁੱਤ ਦੀ ਘਰ ਵਿੱਚ ਆਵੇ ਨਾ ਭੈਣ ਕਿਰਨੇ ਪਾਉਂਦੀ ਕਿਸੇ ਤੋਂ ਚੱਲੀ ਜਾਵੇ ਨਾ ਪਿਓ ਦੇ ਜਿਉਂਦੇ ਲਾਸ਼ ਪੁੱਤ ਦੀ ਯਾਰ ਬੇਲੀ ਵੀ ਰੋਂਦੇ ਯਾਰ ਬੇਲੀ ਵੀ ਰੋਂਦਾ ਚੇਤੇ ਕਰਦੀ ਜਾਨੀ ਨੂੰ ਦੁਨੀਆਂ ਕਰੇ ਸਲਾਮਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਲੋਕੀ ਕਰਾਂਗੇ ਠੋਕੇ ਜਿਦੋਂ ਤੁਹਾਡੀ ਸੋਚ ਤੇ ਪੈਰਾਂ ਦੇਵਾਂਗੇ ਠੋਕੇ ਜਿਦੋਂ ਤੁਹਾਡੀ ਸੋਚ ਤੇ ਪੈਰਾਂ ਦੇਵਾਂਗੇ ਠੋਕੇ ਅਗਵਾੜ ਸਿੱਧੂਆਂ ਦੇ ਵੀਰਾਂ ਨੂੰ ਵਾਰ ਵਾਰ ਬੇਨਤੀ ਕੀਤੀ ਜਾਂਦੀ ਆ ਘਰਾਂ ਚੋਂ ਨਿਕਲੋ ਆਪਣੀਆਂ ਜ਼ਮੀਰਾਂ ਜਗਾਓ ਆਪਣੀਆਂ ਫਸਲਾਂ ਤੇ ਆਪਣੀਆਂ ਨਸਲਾਂ ਬਚਾਓ ਜਿਹੜਾ ਵੀ ਕੋਈ ਰੋਸ ਕੋਈ ਧਰਨਾ ਹੁੰਦਾ ਵਾ ਧਰਮਕੋਟ ਦੇ ਵਿੱਚ ਕਿਸਾਨੀ ਮੁੱਦੇ ਨੂੰ ਲੈ ਕੇ ਉਹਦੇ ਵਿੱਚ ਵੱਧ ਚੜ੍ਹ ਕੇ ਸਹਿਯੋਗ ਕਰੋ ਕਿਉਂਕਿ ਜੇ ਫਸਲਾਂ ਨਾ ਬਚੀਆਂ ਤੇ ਆਉਣ ਵਾਲੀਆਂ ਨਸਲਾਂ ਵੀ ਨਹੀਂ ਬਚਣੀਆਂ ਇੱਥੇ ਦੰਦ ਕੱਢਣ ਨਾਲ ਕੁਛ ਨਹੀਂ ਹੋਣਾ ਇੱਕ ਵੀਡੀਓ ਕਲਿੱਪਾਂ ਬਣਾਉਣ ਨਾਲ ਕੁਛ ਨਹੀਂ ਹੋਣਾ ਜੇ ਤੁਸੀਂ ਆਪਣੀ ਜ਼ਮੀਰ ਜਗਾਓਗੇ ਜਦੋਂ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਸੀ ਉਦੋਂ ਸਾਡੇ ਮੁਸਲਮਾਨ ਵੀਰਾਂ ਨੇ ਹਾਂ ਦਾ ਨਾਰਾ ਮਾਰਿਆ ਸੀ ਆਪਾਂ ਹਾਂ ਦਾ ਨਾਰਾ ਹੀ ਮਾਰਨਾ ਵਾ ਆਪਾਂ ਉਹਨਾਂ ਸ਼ਹੀਦਾਂ ਨੂੰ ਤੁਸੀਂ ਘਰੇ ਬੈਠ ਕੇ ਸੋਚ ਕੇ ਦੇਖਿਓ ਤੇ ਜਦੋਂ ਕਿਸੇ ਦਾ ਪਰਿਵਾਰ ਸ਼ਹੀਦ ਹੁੰਦਾ ਕੀ ਬੀਤਦੀ ਦਿਲ ਤੇ ਦੋ ਭੈਣੇ ਦਾ ਇਕੱਲਾ ਇਕੱਲਾ ਵੀਰ ਕੁਮਾਰੀ ਕਰਨ ਵਾਲਾ ਤੁਰ ਜਾਂਦਾ ਤੇ ਇਹਨਾਂ ਤੇ ਕੀ ਬੀਤਦੀ ਆ ਤੁਸੀਂ ਹੱਸਦੇ ਹੋ ਜਦੋਂ ਤੁਸੀਂ ਕਿਸੇ ਦੇ ਘਰੇ ਸੋਗ ਤੇ ਜਾਂਦੇ ਹੋ ਜੇ ਤਾਂ ਤੁਸੀਂ ਉੱਥੇ ਹੱਸਦੇ ਹੋ ਅੱਜ ਵੀ ਦੰਦੀਆਂ ਕੱਢ ਲਓ ਸਾਨੂੰ ਕੋਈ ਦੁੱਖ ਨਹੀਂ ਪਰ ਜੇ ਤੁਸੀਂ ਉੱਥੇ ਜਾ ਕੇ ਨਹੀਂ ਹੱਸਦੇ ਫਿਰ ਤੁਸੀਂ ਇੱਥੇ ਵੀ ਨਾ ਹੱਸੋ ਹੱਥ ਜੋੜ ਕੇ ਬੇਨਤੀ ਕਰਦੇ ਕਿ ਤੁਸੀਂ ਘਰਾਂ ਤੋਂ ਬਾਹਰ ਨਿਕਲ ਕੇ ਇਸ ਰੋਸ ਦਾ ਇਸ ਬਾਤ ਦਾ ਤੁਸੀਂ ਹਿੱਸਾ ਬਣ ਕੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਜ਼ਰੂਰ ਦਿਓ ਜਿਹੜੇ ਆਪਣੇ ਕਰਕੇ ਨਹੀਂ ਆਪਣੇ ਕਰਕੇ ਸ਼ਹੀਦ ਹੋ ਗਏ ਨੇ ਉਹ ਵੀ ਜੇ ਤਾਂ ਸ਼ਹੀਦ ਹੋਏ ਹੋਣ ਉਹਨਾਂ ਨੂੰ ਕੋਈ ਡੋਂਗਾ ਚਲਾਈਆਂ ਹੋਣ ਖੋਲੀਆਂ ਚਲਾਉਂਦੇ ਹੋਣ ਫਿਰ ਤਾਂ ਕਹੀਏ ਕਿ ਤੁਸੀਂ ਹੱਥੇ ਤੇ ਤੁਰੇ ਜਾਂਦੇ ਤੇ ਪਿੱਛੋਂ ਇੱਕ ਹੋਰ ਗੱਲ ਜੇ ਇਹ ਗੱਡੀ ਦੀ ਵੀਡੀਓ ਵਾਇਰਲ ਨਾ ਹੁੰਦੀ ਤੇ 100% ਗਰੰਟੀ ਹੈ ਕਿ ਇਹ ਜੋ ਆਪਾਂ ਅੱਜ ਕੱਢ ਰਹੇ ਰੋਸ ਮਾਰਚ ਉਹਨਾਂ ਦੇ ਹੱਕ ਵਿੱਚ ਕਦੇ ਵੀ ਇਹ ਫੈਸਲਾ ਨਹੀਂ ਆਉਣਾ ਸੀ ਇਹ ਜੋ ਸਰਕਾਰ ਨੇ ਉਹਨਾਂ ਨੂੰ ਨੱਪਣ ਲਈ 40-40 ਲੱਖ ਰੁਪਏ ਦਾ ਐਲਾਨ ਕੀਤਾ ਨਾ ਇਹ ਐਲਾਨ ਕੋਈ ਉਹਨਾਂ ਦੇ ਹਮਾਇਤੀ ਬਣ ਕੇ ਨਹੀਂ ਕੀਤਾ ਉਹਨਾਂ ਨੇ ਇਹ ਕੀਤਾ ਕਿ ਜੋ ਇਹ ਸਾਡੇ ਕੋਲੋਂ ਵੱਡਾ ਟਾਂਡ ਹੋ ਗਿਆ ਨਾ ਇਹ ਉਹਨੂੰ ਦੱਬਣ ਲਈ ਕੀਤਾ ਇਸ ਕਰਕੇ ਤੁਸੀਂ ਸਿਆਣੇ ਬਣੋ ਘਰਾਂ ਤੋਂ ਬਾਹਰ ਨਿਕਲੋ ਤੇ ਆਪਣੀਆਂ ਜ਼ਮੀਰਾਂ ਨੂੰ ਦਿਖਾਉਂਦੇ ਹੋਏ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਾ ਪੁੱਤਰ ਉਹ ਸ਼ਹੀਦ ਹੋਇਆ ਹੈ ਉਹਨਾਂ ਲਈ ਤੁਸੀਂ ਆਹ ਇਕੱਠ ਦੇਖ ਲਓ ਇੱਥੇ ਇੱਕ ਇਕੱਠ ਨਾਲ ਕੁਛ ਨਹੀਂ ਬਣਨਾ ਤੁਸੀਂ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਹੈ ਤੇ ਵੱਡੀਆਂ ਸ਼ਰਧਾਂਜਲੀਆਂ ਦਿਓ ਤਾਂ ਜੋ ਉਹਨਾਂ ਦੇ ਕਰਜ਼ਿਆਂ ਨੂੰ ਵੀ ਇਸ ਚੀਜ਼ ਦਾ ਦੇਖਣਾ ਹੋਵੇ ਫਕਰ ਹੋਵੇ ਕਿ ਸਾਡਾ ਪੁੱਤ ਸ਼ਹੀਦੀ ਪਾ ਗਿਆ ਕਿਉਂਕਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਏ ਸਨ ਤੇ ਸਤਿਗੁਰੂ ਨੇ ਕੋਈ ਰੋਣ ਵਾਲਾ ਕੰਮ ਨਹੀਂ ਕੀਤਾ ਕੋਠੇ ਤੇ ਚੜ ਕੇ ਜਕਾਰੇ ਛੱਡੇ ਸੀ ਬੋਲੋ ਤੁਹਾਡਾ ਸਹਿਯੋਗ ਨਾਲ ਹੀ ਉਹਨਾਂ ਪਰਿਵਾਰਾਂ ਨੂੰ ਵੀ ਉਹਨਾਂ ਪਿਓ ਨੇ ਮਾਂ ਨੇ ਵੀ ਜਕਾਰੇ ਤਾਂ ਸਦਨ ਨੇ ਜੇ
ਤੁਸੀਂ ਇਸ ਰੋਸ ਮਾਰਚ ਵਿੱਚ ਚੱਲੋਗੇ ਇਸ ਵੱਡੇ ਇਕੱਠ ਨੂੰ ਹੋਰ ਵੱਡਾ ਬਣਾਓਗੇ ਆਪਾਂ ਸਾਗਰ ਭਰਨਾ ਬੂੰਦ ਬੂੰਦ ਨਾਲ ਇਹਨਾਂ ਸੋਚੋ ਕਿ ਬੂੰਦ ਬੂੰਦ ਚੱਲਦੀ ਹੈ ਤੇ ਇਹ ਕਿੱਧਰ ਗਲਾਸ ਦੇ ਕੱਪ ਭਰਨੇ ਨੇ ਇਹ ਭਰਨਗੇ ਤਾਂ ਜੇ ਤੁਸੀਂ ਘਰੋਂ ਨਿਕਲੋਗੇ ਜੇ ਤੁਸੀਂ ਇਸ ਰੋਸ ਮਾਰਚ ਵਿੱਚ ਆ ਕੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿਓਗੇ ਉਹਨਾਂ ਪਿਆਰਿਆਂ ਨੂੰ ਸ਼ਰਧਾਂਜਲੀ ਦਿਓਗੇ ਜਿਨ੍ਹਾਂ ਨੇ ਆਪਣੇ ਲਈ ਤੇ ਆਪਣੇ ਲਈ ਸ਼ਹੀਦੀ ਦਿੱਤੀ ਹੈ